ਇੱਕ ਇਮਾਨਦਾਰ ਅਤੇ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਹਰਬੰਦ ਸਿੰਘ ਬਸਰਾਓ ਜੋ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ ਵਿੱਚ ਜਾ ਵਿਰਾਜੇ ਹਨ ਉਹਨਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਬਸਰਾਓ ਬੱਤੀ ਪਿੰਡ ਸ਼ੰਕਰ ਜ਼ਿਲ੍ਹਾ ਲੁਧਿਆਣਾ ਵਿਖੇ ਪਾਏ ਗਏ ਇਸ ਮੌਕੇ ਆਈਆਂ ਸੰਗਤਾਂ ਗੁਰੂ ਸਾਹਿਬ ਅੱਗੇ ਨਤਮਸਤਕ ਹੋਈਆਂ ਰਾਗੀ ਜਥਿਆਂ ਵੱਲੋਂ ਵਿਰਾਗਮਈ ਕੀਰਤਨ ਕੀਤਾ ਗਿਆ Thank you.
परवाह को विश्व दरबार में बुलाते हैं पांचवां दरबार
ਫੈਸਲਾ ਪੂਰਾ ਹੋਇਆ ਵਿਛੋੜੇ ਤੱਤੋਂ ਫੈਸਲਾ ਜਦੋਂ ਮਾੜੀ ਸੌਖੀ ਹੈ ਪਰ ਗੁਰੂ ਪਿਆਰੇ ਕਿ ਜਿਹੜੇ ਤਨ ਨੂੰ ਲੱਗਦਾ ਜੋ ਜਿਹੜੇ ਤਨ ਨੂੰ ਵਿਛੋੜੇ ਤੱਤੋਂ ਲੱਗਦਾ ਹੈ ਆਸ਼ਿਕ ਉਹ ਹੀ ਦੱਸ ਸਕਦਾ ਹੈ ਕਿ ਇਹਦਾ ਬੋਝ ਕਿੰਨਾ ਕਰ ਮੈਂ ਸਮਝਦਾ ਕਿ ਇਹ ਦੁੱਖ ਆਖਰੀ ਸਾਹ ਤੱਕ ਜੀਵਨ ਸਾਥੀ ਦੇ ਮਾਂ ਦੇ ਖਾਸ ਕਰਕੇ ਦੋ ਰਿਸ਼ਤੇ ਐਸੇ ਹੈ ਜੀਵਨ ਸਾਥੀ ਤੇ ਮਾਂ ਗੁਰੂ ਪਿਆਰੇ ਦਾ ਆਖਰੀ ਸਾਹ ਤੱਕ Yeah, so the bad.